ਬਣ ਕੇ ਬਹਿ ਕੇ ਧਰਮ ਦੇ ਆਗੂ ਨਾ ਲੈਂਦੇ ਸਾਰ ਗ੍ਰੰਥੀ ਦੀ ਬਣ ਕੇ ਬਹਿ ਗਏ ਧਰਮ ਦੇ ਆਗੂ ਨਾ ਪੁੱਛਦੇ ਹਾਲ ਗ੍ਰੰਥੀ ਦਾ ਜਦੋਂ ਦਰ ਦਰ ਤੋਂ ਠੋਕਰਾਂ ਪੈਂਦੀਆਂ ਨੇ ਨਾ ਗ੍ਰੰਥੀਆਂ ਨੂੰ ਫਿਰ ਉਹ ਵੀ ਭਿੱਜ ਕੇ ਸਤਿਗੁਰ ਦੇ ਚਰਨਾਂ 'ਚ ਅਰਦਾਸਾਂ ਕਰਦੇ ਨੇ ਮਹਾਰਾਜ ਤੁਸੀਂ ਤੇ ਇੰਨਾ ਦਿਲੋਂ ਸਤਿਕਾਰ ਦਿੱਤਾ ਸੀ ਤੁਸੀਂ ਤੇ ਸਤਿਗੁਰ ਜੀ ਸਾਨੂੰ ਪਾਲਕੀ 'ਚ ਬਿਠਾ ਕੇ ਮੋਢਿਆਂ ਤੇ ਚੁੱਕ ਲਿਆ ਸੀ ਆਖੋ ਸਤਨਾਮ ਸ੍ਰੀ ਪਰ ਅੱਜ ਦੇ ਸਮੇਂ 'ਚ ਅਸੀਂ ਕਹਿੰਦੇ ਹਾਂ ਵੀ ਗ੍ਰੰਥੀ ਸਾਡੇ ਪੈਰੀ ਹੱਥ ਲਾਵੇ ਕੌਮ ਦਾ ਭਲਾ ਕਿਵੇਂ ਹੋਊਗਾ ਬਾਈ ਅਸੀਂ ਸੁਖੀ ਕਿਵੇਂ ਵਸਾਂਗੇ ਧੰਨ ਗੁਰੂ ਹਰਗੋਬਿੰਦ ਜੀ ਆ ਜੋ ਧੰਨ ਗੁਰੂ ਹਰਗੋਬਿੰਦ ਜੀ ਆ ਜੋ ਧੰਨ ਗੁਰੂ ਹਰਗੋਬਿੰਦ ਜੀ ਆ ਜੋ ਲੈ ਲੋ ਸਾਰ ਗ੍ਰੰਥੀ ਦਾ ਆ ਕੇ ਸਾਰ ਲੈ ਲਓ ਗ੍ਰੰਥੀਆਂ ਜੀ ਸਤਿਗੁਰ ਜੀ ਨਹੀਂ ਤੇ ਦੁਨੀਆਂ ਦੇ ਲੋਕਾਂ ਨੇ ਕੋਈ ਤੋਹੀਨ ਕਰਨ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਇਹਨਾਂ ਨੇ ਦਰ ਦਰ ਮੰਗਣ ਲਾਤਾ ਇਹਨਾਂ ਨੇ ਦਰ ਦਰ ਮੰਗਣ ਲਾਤਾ ਅੱਜ ਦਰ ਦਰ ਰੋਟੀਆਂ ਮੰਗਦਾ ਫਿਰਦਾ ਹੋਇਆ ਬੁਰਾ ਹਾਲ ਗ੍ਰੰਥੀ ਦਾ ਧੰਨ ਗੁਰੂ ਹਰਗੋਬਿੰਦ ਜੀ ਆ ਜੋ ਲੈ ਲੋ ਸਾਰ ਗ੍ਰੰਥੀ ਦਾ ਧੰਨ ਗੁਰੂ ਹਰਗੋਬਿੰਦ ਜੀ ਆ ਜੋ ਜੀ ਲੈ ਲੋ ਸਾਰ ਗ੍ਰੰਥੀ ਦਾ ਕੋਈ ਨਹੀਂ ਜਾਤ ਪੁੱਛਦਾ ਨਹੀਂ ਭਾਈ ਆਪਣੇ ਭੈਣਾਂ ਭਰਾਵਾਂ ਵਾਂਗੂ ਪਿਆਰ ਕਰਿਆ ਕਰੋ ਜਦੋਂ ਤੁਸੀਂ ਆਪਣੇ ਭੈਣ ਭਰਾਵਾਂ ਵਾਂਗੂ ਪਿਆਰ ਕਰਦੇ ਹੋ ਨਾ ਗ੍ਰੰਥੀ ਭਾਵੇਂ ਆਪਣਾ ਘਰ ਪਰਿਵਾਰ ਛੱਡ ਕੇ ਤੁਹਾਡੇ ਨਗਰਾਂ 'ਚ ਬੈਠੇ ਨੇ ਉਹਨਾਂ ਨੂੰ ਆਪਣੇ ਭੈਣਾਂ ਭਰਾਵਾਂ ਦੀ ਯਾਦ ਨਹੀਂ ਫਿਰ ਆਉਂਦੀ ਇਸੇ ਕਰਕੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਇੱਕ ਘੰਟੇ 'ਚ ਬੰਦੇ ਦਾ ਪਤਾ ਲੱਗ ਜਾਂਦਾ ਵੀ ਬੰਦੇ ਦਾ ਦਿਮਾਗ ਅਤੇ ਬੰਦੇ ਦੀ ਸੋਚ ਕਿੱਦਾਂ ਦੀ ਜਿਹੜੇ ਗੁਰੂ ਦਾ ਜਸ ਦਿਲੋਂ ਕਰਦੇ ਨੇ ਜਿਹੜੇ ਬਾਣੀ ਗੁਰੂ ਦੀ ਦਿਲੋਂ ਪੜ੍ਹਦੇ ਨੇ ਪਿਆਰਿਓ ਉਹਨਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦਿਆ ਕਰੋ ਫਿਟਕਾਰਾ ਨਾ ਪਾਇਆ ਕਰੋ।